ਆਓ ਗੁਰੂ ਕੀ ਸਾਜੀ ਨਵਾਜੀ। ਗੁਰੂ ਰੂਪ, ਗੁਰੂ ਸਵਾਰੀ, ਸਤ ਸੰਗਤ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ, ਸੰਧਿਆ ਦੇ ਪਾਵਨ ਦੀਵਾਨਾਂ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਜੁੜਨਾ ਕਰੀਏ, ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੀਏ, ਟਿਕਾ ਦੇ ਵਿੱਚ ਆ ਕਰਕੇ, ਸਹਿਜ ਦੇ ਵਿੱਚ ਆ ਕਰਕੇ, ਬੜੀ ਨਿਮਰਤਾ ਨਾਲ, ਅਦਬ ਨਾਲ, ਸਤਿਕਾਰ ਨਾਲ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਸਹਿਬੇ ਕਮਾਲ ਚਬਰ ਤਖਤ, ਚਾਰੇ ਘੁੰਟਾਂ ਦੇ ਮਾਲਕ, ਦੋਹੇ ਜਹਾਨਾਂ ਦੇ ਵਾਲੀ, ਦਸਾਂ ਗੁਰਾਂ ਸਾਹਿਬਾਨਾਂ ਦੀ ਪਾਵਨ ਸਰੂਪ ਜੋਤ, ਭਗਤਾਂ ਦੀ ਬਾਣੀ, ਪਟਨਾ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਸਤਿਗੁਰ ਜੀ ਪਾਵਨ ਸ਼ਬਦ ਵਿੱਚ ਫਰਮਾ ਰਹੇ ਨੇ, ਨਾਰਾਇਣ ਕਹਿਤੇ ਨਰਕ ਨਾ ਜਾਹੇ, ਗੱਜ ਕੀਆ ਕੋ ਸਤਨਾਮ ਸ੍ਰੀ ਵਾਹਿਗੁਰੂ। ਨਾਰਾਇਣ ਸੰਬੋਧਨ ਕੀਤਾ ਹੈ ਸਤਿਗੁਰ ਨੂੰ, ਅਕਾਲ ਪੁਰਖ ਨੂੰ, ਰੱਬ ਨੂੰ। ਬੜੇ ਨਾਮ ਨੇ, ਕੋਈ ਨਾਰਾਇਣ ਕਹਿ ਕੇ ਪੁਕਾਰਦਾ ਏ, ਕੋਈ ਹਰੀ ਕਹਿ ਕੇ ਪੁਕਾਰਦਾ ਏ, ਕੋਈ ਰਾਮ ਰਾਮ ਕਹਿ ਕੇ ਪੁਕਾਰਦਾ ਏ, ਅਤੇ ਕੋਈ ਕਿੰਜ ਪੁਕਾਰਦਾ ਏ। ਨਾਮ ਬੇਸ਼ੱਕ ਵੱਖੋ ਵੱਖਰੇ ਨੇ, ਪਰ ਹੋਂਦ ਇੱਕੋ ਹੋਏਗਾ ਜਕੀਆ ਕੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਪਹਿਲਾਂ ਤਾਂ ਇਹ ਸਿਧਾਂਤ ਹੈ ਜਿਹੜਾ ਸਤਿਗੁਰੂ ਜੀ ਦੀ ਬਾਣੀ ਦਾ, ਇਹਨੂੰ ਪੱਲੇ ਦੇ ਨਾਲ ਬੰਨ ਲਈਏ। ਬਾਣੀ, ਗੁਰੂ, ਰੱਬ, ਇਹਨੂੰ ਕਿਸੇ ਸੀਮਾ ਦੇ ਵਿੱਚ ਨਹੀਂ ਬੰਨ ਸਕਦੇ ਅਸੀਂ। ਗੱਜ ਕੀ ਆ ਉਸ ਨਾਲ ਵਾਹਿਗੁਰੂ। ਜੇਕਰ ਕਹੀਏ ਵੀ ਸਤਿਗੁਰਾਂ ਦੀ ਬਾਣੀ 'ਤੇ ਕੇਵਲ ਸਿੱਖਾਂ ਦਾ ਕਾਪੀ ਰਾਈਟ ਹੈ, ਨਹੀਂ, ਇਹ ਕਦਾ ਚਿੱਤ ਵੀ ਨਹੀਂ ਹੋ ਸਕਦਾ। ਗਿਆਨ ਹੱਦਬੰਦੀ ਵਿੱਚ ਰੱਖਿਆ ਹੀ ਨਹੀਂ ਜਾ ਸਕਦਾ। ਗੱਜ ਕੀ ਆ ਉਸ ਨਾਲ ਵਾਹਿਗੁਰੂ ਜੀ। ਇਹ ਅਸੀਮ ਹੈ, ਹੱਦਾਂ ਸਰਹੱਦਾਂ ਤੋਂ ਪਰੇ ਹੈ। ਗੱਜ ਕੀ ਆ ਉਸ ਨਾਲ ਵਾਹਿਗੁਰੂ। ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਾਉ ਕਿਹਾ ਕਾੜਾ ਜੀ। ਸਤਿਗੁਰ ਨੇ ਕੋਈ ਇੱਕ ਥਾਂ ਨਹੀਂ ਕਿਹਾ, ਪਾਰਟੀਕੁਲਰੀ ਵੀ ਕੋਈ ਇੱਕ ਜਗ੍ਹਾ ਹੈ ਜਿੱਥੇ ਮੈਂ ਨਹੀਂ। ਮਰਜ ਕਹਿੰਦੇ ਸਭਨੀ ਥਾਈਂ, ਜਿੱਥੇ ਹੋ ਜਾਈ ਤੂੰ ਸੱਚਾ ਸਰਜਣ ਹਾਰ ਜੀਓ। ਜਿੱਥੇ ਵੀ ਤੂੰ ਹੈ, ਸੱਤਾਂ ਸਮੁੰਦਰਾਂ ਤੋਂ ਪਾਰ ਹੈ, ਚਾਰੇ ਕੁੰਟਾਂ ਦੇ ਵਿੱਚ ਕਿਤੇ ਮਰਜ਼ੀ ਬੈਠਾ ਹੈ, ਜੇਕਰ ਸਤਿਗੁਰ ਦੀ ਕਿਰਪਾ ਅਸੀਮ ਹੈ, ਤੇ ਫਿਰ ਸਤਿਗੁਰ ਦੇ ਪਾਵਨ ਬਚਨ ਵੀ ਅਸੀਮ ਨੇ, ਉਹ ਵੀ ਸੀਮਾ 'ਚ ਨਹੀਂ ਬੰਨੇ ਜਾ ਸਕਦੇ। ਗੱਜ ਕੀ ਆ ਉਸ ਨਾਲ ਵਾਹਿਗੁਰੂ ਜੀ। ਬੇਸ਼ੱਕ ਫਰਕ ਹੈ, ਕੋਈ ਬੋਲੇ ਰਾਮ ਰਾਮ, ਕੋਈ ਕਿਵੇਂ ਪੁਕਾਰਦਾ ਏ, ਕੋਈ ਨਾਰਾਇਣ ਕਹਿੰਦਾ ਏ, ਕੋਈ ਹਰੀ ਕਹਿੰਦਾ ਏ,
ਕੋਈ ਕਿਸ ਤਰ੍ਹਾਂ ਪੁਕਾਰਦਾ ਹੈ, ਕਿਸੇ ਦਾ ਢੰਗ ਕੀ ਹੈ ਪੂਜਾ ਕਰਨ ਦਾ, ਕਿਸੇ ਦਾ ਜਪ ਕਰਨ ਦਾ ਕੀ ਢੰਗ ਹੈ, ਕਿਸੇ ਦਾ ਤਪ ਕਰਨ ਦਾ ਕੀ ਢੰਗ ਹੈ। ਕੋਈ ਦੋ ਸਮੇਂ ਜਪਦਾ ਹੈ, ਕੋਈ ਇੱਕ ਸਮੇਂ ਜਪਦਾ ਹੈ, ਕੋਈ ਘੜੀ ਕੋਈ ਪਹਿਰ ਜਪਦਾ ਗਜ ਕੇ ਆ ਉਸ ਨਾਮ। ਵਾਹਿਗੁਰੂ ਜੀ। ਸਾਰੇ ਹੀ ਮੁਬਾਰਕ ਨੇ ਜਿਹੜੇ ਸਤਿਗੁਰ ਦਾ ਨਾਮ ਜਪਦੇ ਆ ਗਜ ਕੇ ਆ ਉਸ ਨਾਮ। ਵਾਹਿਗੁਰੂ ਜੀ। ਸੋ ਆਓ ਸਤਿਗੁਰਾਂ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਵੀ ਆਪਾਂ ਸਤਿਗੁਰ ਦੀ ਹਜ਼ੂਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਕਰਦੇ ਹਾਂ। ਪਰ ਕਈ ਵਾਰ ਸਵਾਲ ਹੁੰਦੇ ਨੇ, ਜਿਸ ਤਰ੍ਹਾਂ ਕੱਲ੍ਹ ਪੰਜਾਂ ਪਿਆਰਿਆਂ ਦਾ ਆਪਾਂ ਵਰਣਨ ਕੀਤਾ ਸੀ। ਪੰਜਾਂ ਪਿਆਰਿਆਂ ਦਾ ਜਨਮ ਅਸਥਾਨ, ਪੰਜਾਂ ਪਿਆਰਿਆਂ ਦਾ ਜੋਤੀ ਜੋਤ ਅਸਥਾਨ, ਔਰ ਕਿੰਨੀ ਉਮਰ ਪੰਥ ਦੇ ਲੇਖੇ ਲਾਈ ਹੈ। ਅੱਗੋਂ ਉਹਨਾਂ ਦੀ ਜੀਵਨੀ ਦਾ ਬਿਓਰਾ ਕੱਲ੍ਹ ਆਪਾਂ ਸਾਰੀ ਸੰਗਤ ਨੇ ਸਾਂਝਾ ਕੀਤਾ ਸੀ। ਆਓ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਆਪਾਂ ਵਿਚਾਰ ਸਾਂਝੀ ਕਰਾਂਗੇ 40 ਮੁਕਤੇ ਔਰ 4 ਸਾਹਿਬਜ਼ਾਦਿਆਂ ਉੱਪਰ ਗੱਜ ਕੇ ਆ ਉਸ ਨਾਮ। ਵਾਹਿਗੁਰੂ ਜੀ। ਧੰਨ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਸਾਹਿਬ ਕਮਾਲ, ਉਹਨਾਂ ਦੇ ਲਖਤੇ ਜਿਗਰ ਦੇ ਟੁਕੜੇ, 4 ਸਾਹਿਬਜ਼ਾਦਿਆਂ ਦੇ ਨਾਮ ਇਸ ਪ੍ਰਕਾਰ ਹਨ। ਪਹਿਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੱਜ ਕੇ ਆ ਉਸ ਦਾ ਨਾਮ। ਵਾਹਿਗੁਰੂ ਜੀ। ਦੂਜੇ ਬਾਬਾ ਜੁਝਾਰ ਸਿੰਘ ਜੀ, ਤੀਜੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਚੌਥੇ ਬਾਬਾ ਫਤਿਹ ਸਿੰਘ ਜੀ ਗੱਜ ਕੇ ਆ ਉਸ ਦਾ ਨਾਮ। ਵਾਹਿਗੁਰੂ ਜੀ। ਉਮਰ ਦੇ ਵਿੱਚ 2 ਵੱਡੇ ਹੁੰਦੇ ਹਨ ਔਰ 2 ਉਮਰ ਦੇ ਵਿੱਚ ਛੋਟੇ ਹੁੰਦੇ ਹਨ। ਸਭ ਤੋਂ ਪਹਿਲੇ ਜਿਹੜੇ ਸਾਰਿਆਂ ਦੇ ਵਿੱਚੋਂ ਵੱਡੇ ਹੁੰਦੇ ਨੇ, ਬਾਬਾ ਅਜੀਤ ਸਿੰਘ ਜੀ। ਸਤਿਗੁਰ ਜੀ ਨੇ ਨਾਮ ਵੀ ਇਸ ਪ੍ਰਕਾਰ ਰੱਖਿਆ ਸੀ, ਨਾਮ ਕਾ ਅਜੀਤ ਹੈ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਅਗਰ ਤੋ ਜੀਤਾ ਨਹੀਂ ਆਊਂਗਾ ਗਜ ਕਿਆ ਉਸ ਨਾਮ। ਵਾਹਿਗੁਰੂ ਜੀ। ਜਨਮ ਹੁੰਦਾ ਹੈ 16 ਅਪ੍ਰੈਲ 1685 ਨੂੰ ਪਾਉਂਟਾ ਸਾਹਿਬ ਦੀ ਧਰਤੀ 'ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਆਗਮਨ ਹੁੰਦਾ ਗਜ ਕਿਆ ਉਸ ਨਾਮ। ਵਾਹਿਗੁਰੂ ਜੀ। ਉਸ ਮਨੋਹਰ ਅਸਥਾਨ ਦੇ ਉੱਪਰ, ਪਹਾੜਾਂ ਪਰਬਤਾਂ ਦੀਆਂ ਵਾਦੀਆਂ ਦੇ ਉੱਪਰ, ਕੁਦਰਤ ਦਾ ਰਮਣੀਕ ਅਸਥਾਨ, ਜਿੱਥੇ ਦਸਮ ਪਾਤਸ਼ਾਹ ਦੀ ਦੁਨੀਆਂ ਦੇ ਮਾਲਕ ਆਪਣਾ ਦਰਬਾਰ ਸਜਾਉਂਦੇ ਹਨ, ਉੱਥੇ ਜਨਮ ਹੁੰਦਾ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ। 16 ਅਪ੍ਰੈਲ 1685 ਨੂੰ ਜਨਮ ਹੁੰਦਾ ਹੈ। ਔਰ ਸ਼ਹਾਦਤ ਹੁੰਦੀ ਹੈ, ਆਪ ਸਭਨਾਂ ਨੂੰ ਪਤਾ ਹੈ, ਬੱਚੇ ਵੀ ਧਿਆਨ ਨਾਲ ਸਰਵਣ ਕਰ ਲੈਣੇ, ਖਾਸ ਕਰ ਜਿਹੜੀ ਸਿੱਖ ਪਨੀਰੀ ਹੈ ਉਹਨਾਂ ਨੂੰ ਬੜਾ ਇਹ ਯਾਦ ਹੋਣਾ ਚਾਹੀਦਾ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਜਿਨ੍ਹਾਂ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਪਹਿਲਾਂ ਹੁੰਦੀ ਹੈ, ਚਮਕੌਰ ਦੀ ਗੜੀ ਦੇ ਵਿੱਚ 22 ਦਸੰਬਰ 1704 ਨੂੰ, ਔਰ ਜਨਮ ਹੁੰਦਾ ਹੈ 16 ਅਪ੍ਰੈਲ 1685। 1704 ਨੂੰ 22 ਦਸੰਬਰ
ਕਹਿਰ ਦੀ ਸਰਦੀ, ਲੱਖਾਂ ਦੇ ਹਿਸਾਬ ਨਾਲ ਫੌਜ ਦੁਸ਼ਮਣ ਤਰਾਹੀ ਤਰਾਹੀ ਕਰਦੇ ਫਿਰਦੇ ਨੇ, ਅਤੇ ਸਤਿਗੁਰੂ ਜੀ ਦਾ ਥਾਪੜਾ ਲੈ ਕੇ ਦਸਮ ਪਿਤਾ ਨੂੰ ਕਹਿੰਦੇ, ਬਾਬਾ ਅਜੀਤ ਸਿੰਘ ਜੀ, ਪਿਤਾ ਜੀ, ਗੁਰੂ ਪਿਤਾ ਜੀ ਆਗਿਆ ਦੇਵੋ, ਥਾਪੜਾ ਦੇਵੋ, ਮੈਂ ਵੀ ਇਸ ਧਰਮ ਯੁੱਧ ਵਿੱਚ ਆਪਣਾ ਯੋਗਦਾਨ ਪਾਵਾਂਗਾ ਜੀ। ਕੀ ਆਖੋ ਉਸ ਨਾਮ ਸ੍ਰੀ ਵਾਹਿਗੁਰੂ। ਅਤੇ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮੰਮਟੀ ਦੇ ਖੜ੍ਹੇ ਨੇ, ਚਮਕੌਰ ਦੀ ਗੜੀ ਦੇ ਉੱਪਰ ਸਿੰਘਾਂ ਨੂੰ ਦੇਖ ਰਹੇ ਨੇ। ਤੂਫਾਨ ਵਾਂਗ ਜਿਵੇਂ ਬਿਜਲੀ ਲਸ਼ਕਦੀ ਹੈ, ਉਸੇ ਤਰ੍ਹਾਂ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਮਾਤ ਪਾ ਰਹੇ ਨੇ। ਅਤੇ ਸਤਿਗੁਰੂ ਜੀ ਰੱਬ ਵੱਲ ਮੁੱਖ ਕਰਕੇ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਜਪਦੇ ਨੇ ਔਰ ਅਕਾਲ ਪੁਰਖ ਦਾ ਧੰਨਵਾਦ ਕਰਦੇ ਨੇ ਔਰ ਥਾਪੜਾ ਦੇ ਕਰਕੇ ਸ਼ਸਤਰ ਆਪ ਸਜਾਉਂਦੇ ਆ, ਕਮਰ ਕੱਸਾ ਕਰਦੇ ਆ ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਥਾਪੜਾ ਦੇ ਕੇ ਚਮਕੌਰ ਦੀ ਜੰਗ 'ਚ ਭੇਜਦੇ ਹੈਗਾ ਜੀ। ਕੀ ਆਖੋ ਉਸ ਨਾਮ ਵਾਹਿਗੁਰੂ ਜੀ। ਅਤੇ ਪਹਿਲੇ ਸਾਹਿਬਜ਼ਾਦਾ ਜੀ ਵੱਡੇ ਬਾਬਾ ਅਜੀਤ ਸਿੰਘ ਉੱਥੇ ਸ਼ਹੀਦੀ ਪਾਉਂਦੇ ਆ, ਫਿਰ ਦੂਜੇ ਬਾਬਾ ਜੁਝਾਰ ਸਿੰਘ ਜੀ। ਇਹਨਾਂ ਦਾ ਜਨਮ ਹੁੰਦਾ ਏ 5 ਸਾਲ ਬਾਅਦ ਵਿੱਚ, ਉਹਨਾਂ ਦਾ 1685 ਵਿੱਚ ਹੁੰਦਾ ਏ, ਇਹਨਾਂ ਦਾ ਹੁੰਦਾ 1690 ਦੇ ਵਿੱਚ, 5 ਸਾਲ ਉਹਨਾਂ ਤੋਂ ਛੋਟੇ ਵੱਡਿਆਂ ਤੋਂ। ਇਹਨਾਂ ਦਾ ਜਨਮ ਹੁੰਦਾ ਅਨੰਦਪੁਰ ਸਾਹਿਬ ਵਿਖੇ, ਬਾਬਾ ਅਜੀਤ ਸਿੰਘ ਜੀ ਦਾ ਪਾਉਂਟਾ ਸਾਹਿਬ ਵਿਖੇ ਹੁੰਦਾ ਏ, ਬਾਬਾ ਜੁਝਾਰ ਸਿੰਘ ਜੀ ਦਾ ਹੁੰਦਾ ਏ ਅਨੰਦਪੁਰ ਸਾਹਿਬ ਵਿਖੇ, ਨੰਦਾਂ ਦੀ ਪੁਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਸਾਇਆ ਹੋਇਆ ਸੁਪਨਿਆਂ ਦਾ ਉਹ ਸ਼ਹਿਰ, ਉਹ ਨੰਦਾਂ ਦੀ ਪੁਰੀ। ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਬੜਾ ਪਿਆਰ ਕਰਦੇ ਸਨ ਨੰਦਾਂ ਦੀ ਪੁਰੀ ਨੂੰ, ਗੱਜ ਕੇ ਆ ਉਸ ਨਾਮ ਵਾਹਿਗੁਰੂ ਜੀ। ਉੱਥੇ ਜਨਮ ਹੁੰਦਾ ਏ ਔਰ ਇਹਨਾਂ ਦੀ ਸ਼ਹੀਦੀ ਵੀ ਉਸੇ ਤਾਰੀਖ ਚਮਕੌਰ ਸਾਹਿਬ ਦੀ ਗੜੀ 1704 22 ਦਸੰਬਰ ਨੂੰ ਹੁੰਦੀ ਹੈ। ਔਰ ਜੰਗ ਦੇ ਵਿੱਚ ਤੁਰਨ ਲੱਗੇ ਤਾਂ ਪਿਤਾ ਗੁਰੂ ਨੇ ਬਚਨ ਕੀਤਾ, ਹੇ ਸੁੱਤ ਤੁਮ ਹਮਕੋ ਪਿਆਰੇ। ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਹੇ ਸੁੱਤ, ਸੁੱਤ ਦਾ ਭਾਵ ਹੁੰਦਾ ਪੁੱਤਰ, ਹੇ ਸੁੱਤ ਤੁਮ ਹਮਕੋ ਪਿਆਰੇ, ਤੁਰਕ ਨਾਸ ਹਿਤ ਤੁਮ ਤਨ ਧਾਰੇ, ਜੋ ਆਪਣੇ ਸਿਰ ਰਣਮੇ ਲਾਗੇ, ਤਾਂ ਕਰ ਨਾਸ ਮਲੇਠ ਸੋ ਭਾਗੇ। ਤਾਤੇ ਯਾ ਸਮਸਮਾ ਨਾ ਕੋਈ, ਤੁਮ ਦੋਨੋਂ ਸੰਗਰ ਭਲ ਜੋਈ। ਇਹ ਸੁਣ ਕੇ ਬਾਬਾ ਅਜੀਤ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਕਿਹਾ, ਪਿਤਾ ਜੀ ਹੁਣ ਜੰਗ ਦਾ ਤਮਾਸ਼ਾ ਦੇਖਣਾ, ਗੱਜ ਕਿਹਾ ਕੁਸ ਨਾਮ ਸ੍ਰੀ ਵਾਹਿਗੁਰੂ। ਅਜੀਤ ਸਿੰਘ ਤਬ ਕਰ ਅਰਦਾਸਾ, ਕਹਿਓ ਦੇਖੀਏ ਆਜ ਤਮਾਸਾ, ਗੱਜ ਕਿਹਾ ਕੁਸ ਨਾਮ ਵਾਹਿਗੁਰੂ ਜੀ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਜੌਹਰ ਲਿਖੇ ਹੋਏ ਨੇ, ਦੋਹੇ ਸਾਹਿਬਜ਼ਾਦਿਆਂ ਬਾਰੇ ਬੜੀ ਉਸਤਤ ਕੀਤੀ ਗਈ ਹੈ। ਔਰ ਉੱਥੇ ਫਿਰ ਬਾਬਾ ਅਜੀਤ ਸਿੰਘ ਜੀ ਪਹਿਲਾਂ ਸ਼ਹੀਦੀ ਪਾਉਂਦੇ ਆ, ਦੂਜੇ ਜਥੇ ਵਿੱਚ ਜਿਹੜੇ 5 ਸਾਲ ਛੋਟੇ ਹੁੰਦੇ ਆ ਬਾਬਾ ਅਜੀਤ ਸਿੰਘ ਜੀ ਤੋਂ, ਬਾਬਾ ਜੁਝਾਰ ਸਿੰਘ ਜੀ, ਉਹ ਕੁਝ ਸਮਾਂ ਫਿਰ ਬਾਅਦ ਵਿੱਚ ਸ਼ਹੀਦੀ ਪਾਉਂਦੇ ਆ। ਔਰ ਦੋਵਾਂ ਦਾ ਜੰਗ ਦਾ ਜਿਹੜਾ ਜੌਹਰ ਸੀ ਉਹ ਲਾਜਵਾਬ, ਬੇਮਿਸਾਲ ਔਰ ਸੰਸਾਰ ਦੀਆਂ ਸਾਰੀਆਂ ਜੰਗਾਂ ਦੇ ਵਿੱਚੋਂ ਉਹ ਇੱਕ ਇਹੋ ਜਿਹੀ ਜੰਗ ਸੀ ਜਿਹੜੀ ਸਤਿਗੁਰੂ ਜੀ ਨੇ ਪੰਥ ਦਾ ਉੱਥੋਂ ਇੱਕ ਅਹਿਮ ਸਿਧਾਂਤ, ਇੱਕ ਅਹਿਮ ਰਿਜ਼ਲਟ ਨਿਕਲਿਆ ਗਾ ਜੀ। ਕੀ ਆ ਉਸ ਨਾਮ ਵਾਹਿਗੁਰੂ ਜੀ।
ਔਰ ਇਹ ਦੁਨੀਆ ਦੇ ਵਿੱਚ ਆਪੋ ਆਪ ਦੇ ਵਿੱਚ ਇੱਕ ਐਸੀ ਵੱਡੀ ਉਦਾਹਰਣ ਸੀ ਵੀ ਕੋਈ ਐਸਾ ਪੀਰ ਵੀ ਹੈ ਜਿਹਨੇ ਆਪਣੇ ਪੰਥ ਦੇ ਉੱਪਰ ਆਪਣੇ ਪੁੱਤਰੀ ਵਾਰ ਦਿੱਤੇ ਗਾ ਜੇ ਕਿਹਾ ਉਸ ਦਿਨ। ਵਾਹਿਗੁਰੂ ਜੀ। ਚਾਰ ਮੂਹੇ ਤੋਂ ਕਿਆ ਵਹਿਆ ਜੀਵਤ ਕਈ ਹਜ਼ਾਰ, ਸਾਡੇ ਵੱਲ ਪਾਤਸ਼ਾਹ ਕਰ ਕਹਿੰਦੇ ਕਹਿੰਦੇ ਫਿਰ ਕੀ ਹੋ ਗਿਆ ਜੇ ਚਾਰ ਵਾਰ ਦਿੱਤੇ, ਕਹਿੰਦੇ ਆ ਮੇਰੇ ਸਾਰੇ ਹਜ਼ਾਰ ਬੈਠਣੇ ਵੀ ਮੇਰੇ ਪੁੱਤਰ ਨੇ ਗਾ ਜੇ ਕਿਹਾ ਉਸ ਦਿਨ। ਵਾਹਿਗੁਰੂ ਜੀ। ਇਨ ਪੁੱਤਰਨ ਕੇ ਸੀਸ ਪਰ, ਸਾਡੇ ਉੱਪਰ ਦੀ ਵਾਰ ਦੀ ਇਹ ਸੁੱਤ, ਚਾਰ ਚਾਰ ਮੂਹੇ ਤੋਂ ਕਿਆ ਵਹਿਆ ਜੀਵਤ ਕਈ ਹਜ਼ਾਰ। ਔਰ ਸਤਿਗੁਰ ਜੀ ਨੇ ਇੰਨਾ ਮਾਣ ਕੀਤਾ ਪੰਥ ਦੇ ਉੱਪਰ ਵੀ ਇਹ ਪੰਥ ਲੱਜਾ ਰੱਖੇਗਾ, ਤਾਂ ਹੀ ਕਰਕੇ ਇਹਨਾਂ ਦੇ ਉੱਪਰ ਆਪਣੇ ਪੁੱਤਰ ਬਾਰੇ ਮੇਰੇ ਪਾਤਸ਼ਾਹ ਨੇ ਗੱਜ ਕਿਹਾ ਉਸ ਨਾਮ। ਸ੍ਰੀ ਵਾਹਿਗੁਰੂ ਜੀ। ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਵੋ ਕੰਮ ਹੈ, ਗੱਜ ਕਿਹਾ ਉਸ ਨਾਮ। ਵਾਹਿਗੁਰੂ ਜੀ। ਹਕੀਮ ਅੱਲਾ ਯਾਰ ਖਾਂ ਯੋਗੀ, ਬੜੇ ਵਿਦਵਾਨ ਮੁਸਲਮਾਨ ਸੂਫੀ ਫਕੀਰ ਵਿਦਵਾਨ, ਉਹ ਕਹਿੰਦੇ ਮੈਨੂੰ ਕਰਤਾਰ ਦੀ ਸਹੁੰ ਹੈ, ਮੈਨੂੰ ਨਾਨਕ ਦੀ ਵੀ ਕਸਮ ਹੈ, ਮੈਨੂੰ ਅੱਲਾ ਦੀ ਕਸਮ ਹੈ, ਜਿੰਨੀ ਤਾਰੀਫ ਕਰੀ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਦੀ ਓਨੀ ਘੱਟ ਹੈ, ਗੱਜ ਕਿਹਾ ਉਸ ਨਾਮ। ਵਾਹਿਗੁਰੂ ਜੀ। ਇਹ ਦੋਹਾਂ ਸਾਹਿਬਜ਼ਾਦਿਆਂ ਦਾ ਵਰਣਨ ਇਉਂ ਹੁੰਦਾ ਏ, ਫਿਰ ਅੱਗੇ ਵਰਣਨ ਆਉਂਦਾ ਏ ਸਾਹਿਬ ਦੇ ਬੜੇ ਪਿਆਰੇ ਗੁਲਾਬ ਦੇ ਫੁੱਲਾਂ ਵਰਗੇ ਛੋਟੇ ਸਾਹਿਬਜ਼ਾਦੇ, ਸਾਹਿਬ ਦੇ ਜਿਗਰ ਦੇ ਟੁਕੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ। ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੇ ਜਦ ਭਰਾ ਨਾਲ ਸ਼ਹੀਦੀ ਲੈਣੀ ਚਾਹੀ ਨਾ, ਤਾਂ ਕਲਗੀਧਰ ਨੇ ਕਿਹਾ ਕਹਿੰਦੇ ਬੇਟਾ ਜਰਾ ਰੁਕ ਜਾ। ਬੇਟੇ ਨੂੰ ਚੁੰਮਿਆ, ਕੇਸਰ ਛਿੜਕਿਆ ਅਤੇ ਕਿਹਾ ਜਾਓ ਇੱਥੇ ਜਸ ਪਾਓ ਅਤੇ ਅੱਗੇ ਸੁੱਖ ਪਾਓ, ਗੱਜ ਕਿਹਾ ਉਸ ਨਾਮ। ਵਾਹਿਗੁਰੂ ਜੀ। ਜਿਹੜਾ ਇੱਥੇ ਜਸ ਖੱਟੇਗਾ ਨਾ, ਸੁੱਖ ਵੀ ਅੱਗੇ ਉਹੀ ਪਾਵੇਗਾ, ਗੱਜ ਕਿਹਾ ਉਸ ਨਾਮ। ਵਾਹਿਗੁਰੂ ਜੀ। ਇਹ ਇੱਕ ਪਿਤਾ ਆਪਣੇ ਦੋਵੇਂ ਪੁੱਤਰਾਂ ਨੂੰ ਕਹਿ ਰਿਹਾ ਜੰਗ ਦੇ ਜਾਣ ਤੋਂ ਪਹਿਲਾਂ, ਅਰਥ ਟੀਕ ਕੋ ਇਹੋ ਬਖਾਨੋ ਤਾਂ ਕੋ ਲੋਕ ਪਰਲੋਕ ਸੋ ਮਾਨੋ। ਫਿਰ ਦੋਵਾਂ ਵੱਡਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਕਲਗੀਧਰ ਪਾਤਸ਼ਾਹ ਇਹ ਬਚਨ ਬੋਲੇ ਜਦ ਸਿੰਘਾਂ ਨੇ ਪੁੱਛਿਆ ਵੀ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ, ਆਪ ਜੀ ਦੇ ਬਚਨ ਸਨ ਕਹਿੰਦੇ ਆਜ ਖਾਲਸਾ ਖਾਸ ਭਇਓ, ਆਜ ਖਾਲਸਾ ਖਾਸ ਭਇਓ ਸਤਿਗੁਰ ਕੈ ਦਰਬਾਰ, ਗੱਜ ਕਿਹਾ ਉਸ ਨਾਮ। ਸ੍ਰੀ ਵਾਹਿਗੁਰੂ ਜੀ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਹੁੰਦਾ ਹੈ ਫਿਰ ਅਨੰਦਪੁਰ ਸਾਹਿਬ 27 ਜੁਲਾਈ 1694। ਬਾਬਾ ਅਜੀਤ ਸਿੰਘ ਤੋਂ ਜੁਝਾਰ ਸਿੰਘ ਜੀ ਹੁੰਦੇ 5 ਸਾਲ ਛੋਟੇ, ਫਿਰ ਬਾਬਾ ਅਜੀਤ ਸਿੰਘ ਤੋਂ ਬਾਬਾ ਜ਼ੋਰਾਵਰ ਸਿੰਘ ਜੀ ਹੁੰਦੇ ਤਕਰੀਬਨ 9-10 ਸਾਲ ਦਾ ਫਰਕ ਹੈਗਾ ਜੇ ਕਿਹਾ ਉਸ ਨਾਲ। ਵਾਹਿਗੁਰੂ। 1694 ਨੂੰ ਇਹਨਾਂ ਦਾ ਵੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ। ਸ਼ਹਾਦਤ ਦਾ ਆਪ ਸਭਨਾਂ ਨੂੰ ਪਤਾ ਹੈ, ਨੀਹਾਂ ਵਿੱਚ ਚਿਣਾ ਕੇ 27 ਦਸੰਬਰ 22 ਦਸੰਬਰ ਨੂੰ ਹੁੰਦੀ ਵੱਡੇ ਸਾਹਿਬਜ਼ਾਦਿਆਂ ਦੀ, 5 ਦਿਨਾਂ ਬਾਅਦ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ। 27 ਦਸੰਬਰ 1704 ਨੂੰ ਸਰਹੰਦ ਵਿਖੇ ਨੀਹਾਂ ਦੇ ਵਿੱਚ ਚਿਣਾ ਕੇ, ਜਿਹੜੀ ਸ਼ਰ੍ਹਾਂ ਦੇ ਵਿੱਚ ਕੋਈ ਐਸੀ ਸਜ਼ਾ ਹੈ ਹੀ ਨਹੀਂ, ਮੁਸਲਿਮ ਮਤ ਦੇ ਵਿੱਚ ਮੁਸਲਿਮ ਸ਼ਰ੍ਹਾਂ ਦੇ ਵਿੱਚ ਜਿਹੜੇ ਵਿਦਵਾਨ ਮੁਸਲਮਾਨ ਕਵੀ ਨੇ, ਵਿਦਵਾਨ ਮੁਸਲਮਾਨ ਮੌਲਵੀ ਹਾਜੀ ਨੇ ਕਾਜੀ ਨੇ,
ਉਹ ਇਸ ਗੱਲ ਤੋਂ ਬਿਲਕੁਲ ਮੁਨਕਰ ਨੇ, ਇਨਕਾਰ ਨੇ ਵੀ ਐਸੀ ਕੋਈ ਸਜ਼ਾ ਹੈ ਹੀ ਨਹੀਂ ਜਿਹੜੀ ਉਸ ਵਕਤ ਦੇ ਕਾਜ਼ੀਆਂ ਨੇ ਸੁਣਾਈ ਹੈ ਗੱਜ ਕੇ ਆਖੋ ਨਾਂ। ਵਾਹਿਗੁਰੂ ਜੀ। ਬਾਬਾ ਫਤਿਹ ਸਿੰਘ ਜੀ ਦਾ ਜਨਮ ਹੁੰਦਾ ਏ 30 ਅਪ੍ਰੈਲ 1699 ਨੂੰ, ਵਿਸਾਖੀ ਤੋਂ ਬਾਅਦ ਹੁੰਦਾ ਗੱਜ ਕੇ ਆਖੋ ਨਾਂ। ਇਹਨਾਂ ਨੂੰ ਵੀ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ, ਉਸੇ ਤਾਰੀਖ ਉਸੇ ਸੰਨ ਉਸੇ ਦਿਨ। ਇੱਥੇ ਬਸ ਨਹੀਂ, ਨੀਹਾਂ ਦੇ ਵਿੱਚ ਚਿਣ ਕੇ ਪਹਿਲਾਂ ਤਸੀਹੇ ਦਿੱਤੇ ਜਾਂਦੇ ਆ। 3 ਪੇਸ਼ੀਆਂ ਹੁੰਦੀਆਂ ਨੇ, ਲਾਲਚ, ਤਸ਼ੱਦਦ, ਜਿਸ ਤਰ੍ਹਾਂ ਇੰਟੈਰੋਗੇਸ਼ਨ ਹੁੰਦੀ ਆ ਉਸ ਤਰ੍ਹਾਂ ਕੀਤਾ ਗਿਆ ਸਭ ਕੁਝ। ਔਰ ਜਦੋਂ ਆਖਰ ਗੁਰੂ ਕੇ ਲਾਲ ਨਹੀਂ ਮੰਨੇ ਤਾਂ ਫਿਰ ਸਮੇਂ ਦੀ ਹਕੂਮਤ ਨੇ ਔਰ ਜਿਹੜੇ ਜਿਹੜੇ ਗੁਰੂ ਘਰ ਦੇ ਦੁਖੀ ਸਨ ਸਾਰੇ ਇਕੱਤਰ ਹੋ ਗਏ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਜਿਹਦੇ ਵਿੱਚ ਸੁੱਚਾ ਆਨੰਦ ਦਾ, ਜਿਹਨੂੰ ਇਤਿਹਾਸ ਦੇ ਵਿੱਚ ਝੂਠਾ ਆਨੰਦ ਕਿਹਾ ਜਾਂਦਾ ਗੱਜ ਕੇ ਆਖੋ ਉਸ ਨਾਂ, ਉਹਦਾ ਵੀ ਬੜਾ ਵੱਡਾ ਰੋਲ ਰਿਹਾ। ਉਹਨੇ ਬੜੇ ਕੰਨ ਭਰੇ, ਇਹ ਸੱਪ ਦੇ ਬੱਚੇ ਹਨ, ਇਹ ਕਦਾ ਵੀ ਕਿਸੇ ਦੇ ਮਿੱਤ ਨਹੀਂ ਹੋਣਗੇ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਐਸੇ ਬੜੇ ਵੱਡੇ ਤੋਂ ਵੱਡੇ ਲਾਲ ਤੁਹਾਨੂੰ ਡੋਲੇ ਦਿੱਤੇ ਜਾਣਗੇ, ਤੁਹਾਨੂੰ ਜਾਗੀਰਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਬਣਿਆ ਤਨਿਆ ਰਾਜ ਮਿਲ ਜਾਵੇਗਾ। ਤੁਸੀਂ ਕਿਉਂ ਐਵੇਂ ਅਣਿਆਈ ਮੌਤ ਮਰਨੀ ਹੈ? ਤੁਹਾਡੇ ਸਿੱਖ ਤਾਂ ਜੰਗਲਾਂ ਦੇ ਵਿੱਚ ਨੇ, ਕੁਝ ਖਤਮ ਹੋ ਗਏ, ਕੁਝ ਥੋੜ੍ਹੇ ਰਹਿ ਗਏ। ਤੁਹਾਡਾ ਪਿਤਾ ਵੀ ਕਹਿੰਦੇ, ਮਾਫ਼ ਕਰਨਾ ਸ਼ਬਦ ਬੋਲਣੇ ਪੈ ਰਹੇ ਨੇ, ਮਰ ਗਏ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਅਤੇ ਦੋਵੇਂ ਸਾਹਿਬਜ਼ਾਦੇ ਖਾਣ ਨੂੰ ਕਹਿੰਦੇ ਨੇ, ਕਹਿੰਦੇ ਸ਼ਾਇਦ ਤੈਨੂੰ ਪਤਾ ਨਹੀਂ ਉਹ ਕੌਣ ਨੇ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਅਤੇ ਜਦੋਂ ਤੇਰਾ ਸਾਹਮਣਾ ਹੋਵੇਗਾ ਤਾਂ ਤੂੰ ਉਹਨਾਂ ਦੇ ਚਿਹਰੇ ਦੀ ਤਾਪ ਨਹੀਂ ਚੱਲ ਸਕਦਾ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਅਤੇ ਫਿਰ ਸੁੱਚਾ ਆਨੰਦ ਬੋਲਦਾ, ਕਹਿੰਦਾ ਦੇਖਿਆ ਜੀ ਕਿਸ ਤਰ੍ਹਾਂ ਜ਼ਬਾਨ ਚੱਲਦੀ ਹੈ ਇਹਨਾਂ ਦੀ। ਅਤੇ ਫਿਰ ਇੱਕ ਸਵਾਲ ਕਰਦਾ, ਕਹਿੰਦਾ ਜੇ ਤੁਹਾਨੂੰ ਛੱਡ ਦਿੱਤਾ ਜਾਵੇਗਾ ਕੀ ਕਰੋਗੇ? ਕਹਿੰਦਾ ਕਰਨਾ ਕੀ ਹੈ? ਯੋਧਿਆਂ ਦੇ ਬੱਚੇ ਆ, ਜਰਨੈਲਾਂ ਦੇ ਬੱਚੇ ਆ, ਸਿੱਖਾਂ ਦੇ ਬੱਚੇ ਆ, ਕਰਨਾ ਕੀ ਹੈ? ਦੁਬਾਰਾ ਫਿਰ ਅਸੀਂ ਤੇਰੇ ਨਾਲ ਜੰਗ ਲਵਾਂਗੇ, ਜਾ ਕੇ ਸਿੱਖਾਂ ਨੂੰ ਕਤਲ ਕਰਾਂਗੇ, ਸ਼ਸਤਰ ਇਕੱਠੇ ਕਰਾਂਗੇ, ਦੁਬਾਰਾ ਫਿਰ ਤੇਰੇ ਨਾਲ ਮੱਥਾ ਲਾਵਾਂਗੇ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਇਹ ਛੋਟੇ ਸਾਹਿਬਜ਼ਾਦਿਆਂ ਦਾ ਵਿਖਿਆਨ ਹੈ, ਇੱਕੋ ਤਵਾਰੀਖ ਨੂੰ, ਇੱਕੋ ਸੰਨ ਨੂੰ ਸਤਿਗੁਰ ਜੀ ਦੇ ਚਰਨਾਂ ਦੇ ਵਿੱਚ ਸ਼ਹੀਦੀ ਪਾਉਂਦੇ ਆ। ਔਰ ਅਗਲੇ ਜਹਾਨ ਦੇ ਵਿੱਚ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਝੋਲੀ ਵਿੱਚ ਚੱਲ ਜਾਂਦੇ ਆ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਜਦੋਂ ਬੇਹੋਸ਼ ਹੋ ਕੇ ਡਿੱਗਦੇ ਆ, ਉਸ ਤੋਂ ਬਾਅਦ ਬਾਸ਼ਲਵੇਗ ਜਿਨ੍ਹਾਂ ਨੇ ਆਪਣੀ ਸਜ਼ਾ ਖਤਮ ਕਰਾਉਣ ਦੇ ਬਦਲੇ ਇਹ ਵੱਡਾ ਪਾਪ ਕੀਤਾ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਪਿੱਛੇ ਹੱਥ ਬੰਨ੍ਹ ਕੇ ਦੋਹਾਂ ਨੇ ਖੰਜਰ ਦੇ ਨਾਲ ਸਾਹਿਬਜ਼ਾਦਿਆਂ ਦੀ ਗਰਦਨ ਦੇ ਪਰਵਾਰ ਕੀਤਾ ਔਰ ਹਲਾਲ ਕਰਕੇ ਸ਼ਹੀਦੀ ਕੀਤੀ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਔਰ ਇਸ ਤਰ੍ਹਾਂ ਸ਼ਹੀਦੀ ਹੁੰਦੀ ਹੈ, ਕਚਹਿਰੀ ਜਾਣ ਵੇਲੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੇ ਕਿਹਾ, ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ, ਧੰਨ ਭਾਗ ਹਮਰੇ ਹੈ ਮਾਈ, ਧਰਮ ਹੇਤ ਤਨ ਜੇ ਕਰ ਜਾਈ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਜਦ ਨਵਾਬ ਨੂੰ ਸਲਾਮ ਕਰਨ ਲਈ ਕਿਹਾ ਨਾ ਤਾਂ ਸਾਹਿਬਜ਼ਾਦੇ ਬਚਨ ਕੀਤਾ, ਕਹਿੰਦੇ ਹਮ ਸੱਚੇ ਪਾਤਸ਼ਾਹ ਕੋ ਸਲਾਮ ਕਰਤੇ ਹੈ, ਆਪ ਜੈਸੇ ਹਕੂਮਤ ਵਾਲੇ ਕੋ ਸਲਾਮ ਨਹੀਂ ਕਰਤੇ ਗੱਜ ਕੇ ਆਖੋ ਉਸ ਨਾਂ। ਵਾਹਿਗੁਰੂ ਜੀ। ਔਰ ਕੋ ਸਲਾਮ ਨਹੀਂ ਕਰਤੇ, ਨੀਹਾਂ ਵਿੱਚ ਚਿਣੇ ਜਾਣ ਵੇਲੇ ਪੁਕਾਰ ਕੇ ਕਿਹਾ, ਧਰਮ ਨਾ ਤਜੇ ਹੈ ਕਭੀ ਤੁਰਕ ਨਾ ਬਣੇ ਹੈ, ਹਮ ਸੀਸ ਨਿਜ ਦੇ ਹੈ
ਜੈਸੇ ਵੱਡੇ ਉਹਨਾਂ ਦੀ ਇਹ ਗੱਜ ਕਿਹਾ ਕੁਸਤਨਾ। ਤੂੰ ਕੁਝ ਮਰਜ਼ੀ ਕਰ ਲੈ ਪਰ ਤੁਰਕ ਨਹੀਂ ਬਣਨਾ, ਮੋਮਨ ਨਹੀਂ ਬਣਨਾ ਸੀ। ਤੂੰ ਕੁਝ ਮਰਜ਼ੀ ਕਰ ਲੈ, ਜਿੰਨੇ ਮਰਜ਼ੀ ਲਾਲਚ ਦੇ ਲਾ, ਇਹ ਸਤਿਗੁਰ ਦੀ ਸਿੱਖੀ ਹੈ, ਇਹ ਧਰੋਂ ਸਾਡੀ ਨਾਨਕ ਪਾਤਸ਼ਾਹ ਨੇ ਬਖਸ਼ੀ ਹੋਈ ਹੈ। ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਜਿੰਨਾ ਮਰਜ਼ੀ ਤੇਰਾ ਸਰਕਾਰੀ ਤੰਤਰ, ਤੇਰੀ ਹਕੂਮਤ ਸਭ ਕੁਝ ਕਰ ਲੈ, ਪਰ ਸਤਿਗੁਰ ਦੀ ਗੋਦ ਵਿੱਚ ਤਾਂ ਜਾਣਾ ਹੀ ਜਾਣਾ ਇੱਕ ਦਿਨ। ਗੱਜ ਗਿਆ ਉਸ ਨਾਲ ਵਾਹਿਗੁਰੂ। ਜਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਲਗੀਧਰ ਜੀ ਨੇ ਸੁਣਿਆ ਤਾਂ ਬਚਨ ਕੀਤਾ ਫਿਰ ਮੇਰੇ ਪਾਤਸ਼ਾਹ ਨੇ। ਰਾਏਕੋਟ ਦੀ ਧਰਤੀ ਨੂਰਾ ਮਾਹੀ ਇਹ ਖਬਰ ਲੈ ਕੇ ਆਉਂਦਾ ਏ, ਸਤਿਗੁਰ ਜੀ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੱਟਦੇ ਆ। ਕਹਿੰਦੇ ਹੁਣ ਇਸ ਹਕੂਮਤ ਦੇ ਦਿਨ ਉਂਗਲਾਂ 'ਤੇ ਗਿਣ ਸਕਦੇ ਹਾਂ ਅਸੀਂ। ਗੱਜ ਕਿਹਾ ਵਾਹਿਗੁਰੂ ਜੀ। ਹੁਣ ਜੜੋਂ ਪੁੱਟੇ ਗਏ ਦੁਸ਼ਟ ਨਬਾਲ, ਮਾਰੇ ਅਤ ਪਾਪੀ ਉਖੜੀ ਜੜ, ਤੁਰਕਣ ਸਭ ਸਾਪੀ। ਗੱਜ ਕਿਹਾ ਉਸ ਦਿਨ ਵਾਹਿਗੁਰੂ ਜੀ। ਕਹਿੰਦੇ ਇਹਨਾਂ ਦੁਸ਼ਟਾਂ ਨੇ ਉਹ ਕਰਤਾ ਜਿਹੜਾ ਕਦਾਚਿਤ ਨਹੀਂ ਹੋਣਾ ਚਾਹੀਦਾ ਸੀ। ਗੱਜ ਕਿਹਾ ਉਸ ਦਿਨ ਵਾਹਿਗੁਰੂ ਜੀ। ਜਾਫਰਨਾਮੇ ਵਿੱਚ ਵੀ ਲਿਖਿਆ ਵੀ ਛੋਟੇ ਸਾਹਿਬਜ਼ਾਦੇ ਬੇਦੋਸ਼ੀ ਔਰ ਸ਼ਰ੍ਹਾਂ ਦੇ ਵਿੱਚ ਕੋਈ ਐਸਾ ਸਜ਼ਾ ਨਹੀਂ ਜਿਹੜਾ ਕਿ ਬਹੁਤ ਵੱਡਾ ਪਾਪ ਸੀ ਉਹ ਗੱਜ ਗਿਆ ਉਸ ਦਿਨ ਵਾਹਿਗੁਰੂ ਜੀ। ਹਾਲਾਂਕਿ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਣਾ ਵੱਖਰੀ ਗੱਲ ਹੈ, ਪਰ ਜਿਹੜੀ ਇੱਕ ਐਸੀ ਉਮਰ ਹੈ ਉਹਦੇ ਵਿੱਚ ਬਿਲਕੁਲ ਕੋਈ ਦੋਸ਼ ਨਹੀਂ, ਕੋਈ ਦੋਸ਼ ਸਿੱਧ ਵੀ ਨਹੀਂ ਹੋਇਆ। ਗੱਜ ਗਿਆ ਉਸ ਨਾਲ ਵਾਹਿਗੁਰੂ ਜੀ। ਇਹ ਸਿਰਫ ਹਕੂਮਤ ਨੇ ਜਦੋਂ ਬੁੱਧੀ ਭ੍ਰਿਸ਼ਟ ਹੋ ਗਈ, ਕਲੰਕ ਲੈਣਾ ਸੀ ਸਾਰੀ ਉਮਰ ਦਾ ਇਹ, ਔਰ ਇਹ ਬੇਪ੍ਰਯੋਜਨ ਮਾਰੇ ਗਏ। ਜਫਰਨਾਮੇ ਦੇ ਵਿੱਚ ਲਿਖਿਆ ਹੋਇਆ ਗੱਜ ਗਿਆ ਉਸ ਦਿਨ ਵਾਹਿਗੁਰੂ ਜੀ। ਇਸੇ ਕਰਕੇ ਚਾਰੇ ਸਾਹਿਬਜ਼ਾਦੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦੇ ਪਾਵਨ ਮਾਰਗ 'ਤੇ ਚੱਲਦੇ ਹੋਏ, ਸੱਚੇ ਮਾਰਗ ਚੱਲਦੇ ਹਾਂ ਉਸ ਤਤ ਕਰੇ ਜਹਾ ਅੱਠ ਸੱਠ ਤੀਰਥ ਸਗਲ ਪੰਨ ਜੀ ਦਇਆ ਪ੍ਰਵਾਨ। ਔਰ ਉਸ ਮਾਰਗ 'ਤੇ ਚੱਲ ਕੇ ਸਦਾ ਲਈ ਐਸੀ ਪਦਵੀ ਪਾ ਲਈ ਜਿਹੜੀ ਪਦਵੀ ਨੂੰ ਸਾਰੀਆਂ ਮਹਾਨ ਹਸਤੀਆਂ ਲੋਚਦੀਆਂ ਨੇ। ਗੱਜ ਕਿਹਾ ਉਸ ਨਾਮ ਵਾਹਿਗੁਰੂ ਜੀ। ਗੁਰਮੁਖ ਜਨਮ ਸਵਾਰ ਦਰਗ ਹੈ ਚੱਲਿਆ, ਸੱਚੀ ਦਰਗ ਹੈ ਜਾਏ ਸੱਚਾ ਪਿੜ ਮੱਲਿਆ। ਬੇਸ਼ੱਕ ਉਮਰਾਂ ਦਾ ਕੋਈ ਤਕਾਜ਼ਾ ਨਹੀਂ ਹੈ, ਵੈਸੇ ਵੀ ਸਿੱਖ ਪੰਥ ਵਿੱਚ, ਸਿੱਖ ਮਤ ਵਿੱਚ ਉਮਰਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ, ਗਿਆਨ ਨੂੰ, ਵਿੱਦਿਆ ਨੂੰ, ਗੁਣ ਨੂੰ, ਸਿਧਾਂਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਗੱਜ ਕਿਹਾ ਉਸ ਨਾਮ ਵਾਹਿਗੁਰੂ ਜੀ। ਔਰ ਇਤਿਹਾਸ ਵਾਰ ਵਾਰ ਸਾਡੀ ਪਿੱਠ 'ਤੇ ਆਣ ਕੇ ਖੜ੍ਹਦਾ ਏ, ਸਾਨੂੰ ਦੱਸਦਾ ਏ ਇੱਕ ਪਾਸੇ 94 ਸਾਲ, 90 ਸਾਲ, 85 ਸਾਲ ਦੇ ਬਾਬੇ ਖੰਡਾਵਾਰ ਰਹੇ ਨੇ, ਇੱਕ ਪਾਸੇ 5-5, 7-7 ਸਾਲ ਦੇ ਬੱਚੇ ਸ਼ਹੀਦੀਆਂ ਦੇ ਰਹੇ ਨੇ। ਗੱਜ ਕਿਹਾ ਉਸ ਨਾਮ ਵਾਹਿਗੁਰੂ ਜੀ। ਇੱਕ ਪਾਸੇ 18-18, 20-20 ਦਿਨਾਂ ਦੇ ਬੱਚੇ ਟੁਕੜੇ ਹੋ ਕੇ ਮਾਵਾਂ ਦੇ ਗਲਾਂ ਵਿੱਚ ਪੈ ਰਹੇ ਨੇ। ਗੱਜ ਕਿਹਾ ਉਸ ਨਾਮ ਵਾਹਿਗੁਰੂ ਜੀ। ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 4 ਸਾਲ ਦਾ ਬੇਟਾ ਉਹ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਜਾਂਦਾ। ਗੱਜ ਕਿਹਾ ਉਸ ਨਾਮ ਵਾਹਿਗੁਰੂ ਜੀ। ਇੱਕ ਪਾਸੇ ਬਾਬਾ ਬੁੱਢਾ ਜੀ 125 ਸਾਲ ਦੀ 6 ਪਾਤਸ਼ਾਹੀਆਂ ਦੀ ਸੇਵਾ ਕਰਕੇ ਸੱਚਖੰਡ ਵਾਸੀ ਹੁੰਦੇ ਆ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਜੀ। ਗੱਜ ਕਿਹਾ ਉਸ ਨਾਮ ਵਾਹਿਗੁਰੂ ਜੀ। ਜਦੋਂ ਇਤਿਹਾਸ ਨੂੰ ਵਿਚਾਰੋਂਗੇ, ਸਿਧਾਂਤ ਨੂੰ ਪਰਪੱਕਤਾ ਰੂਪ ਦੇ ਵਿੱਚ, ਧਰਮ ਨੂੰ, ਜੀਵਨ ਜਾਂਚ ਨੂੰ, ਪੰਥ ਨੂੰ, ਮਤ ਨੂੰ ਪੜ੍ਹੋਂਗੇ,
ਅਤੇ ਤੁਹਾਨੂੰ ਐਸੀਆਂ ਉਦਾਹਰਨਾਂ ਮਿਲਣਗੀਆਂ, ਤੁਸੀਂ ਸਤਿਗੁਰ ਦੇ ਬਲਿਹਾਰੇ ਜਾਓਗੇ ਗੱਜ ਕੇ ਆ ਉਸ ਨਾਲ। ਵਾਹਿਗੁਰੂ ਜੀ। 18 ਦਿਨਾਂ ਦੇ ਬੱਚੇ, 18 ਦਿਨਾਂ ਦੀ ਵੀ ਕਹਿ ਦਿੱਤਾ ਬਹੁਤ ਜ਼ਿਆਦਾ। ਗਰਭਵਤੀ ਜਿਹੜੇ ਮਾਵਾਂ ਜਿਨ੍ਹਾਂ ਦੇ ਬੱਚੇ ਹਜੇ ਪੇਟ ਦੇ ਵਿੱਚ ਸਨ, ਔਰ ਜਿਉਂ ਜਿਉਂ ਮੈਨੂੰ ਵੜਦਾ ਸੀ ਦੂਣ ਸਵਾਏ ਹੋਏ ਗੱਜ ਕੇ ਆ ਉਸ ਨਾਲ। ਜਦੋਂ ਸੌਵਾਂ ਖਾਧੀਆਂ ਸੀ, ਕਸਮਾਂ ਖਾਧੀਆਂ, ਜਕਰੀਆਂ ਵਰਗੀਆਂ ਨੇ, ਜਹੀਆਂ ਵਰਗੀਆਂ ਨੇ, ਮਨੂ ਵਰਗਿਆਂ ਨੇ, ਉਸ ਸਮੇਂ ਨੇਜਿਆਂ ਦੇ ਨਾਲ ਸਿੱਖ ਮਾਵਾਂ ਭੈਣਾਂ ਦੇ ਗਰਭ ਬੱਚਿਆਂ ਨੂੰ ਵੀ ਮਾਰਿਆ ਗਿਆ ਗੱਜ ਕੇ ਆਖ ਉਸ ਨਾਲ। ਵਾਹਿਗੁਰੂ ਜੀ। ਕੁਝ ਬੱਚਿਆਂ ਨੂੰ ਨੇਜਿਆਂ 'ਤੇ ਟੰਗਿਆ ਗਿਆ, ਉਹਨਾਂ ਦੀਆਂ ਆਂਦਰਾਂ ਕੱਢੀਆਂ ਗਈਆਂ ਗੱਜ ਕੇ ਆਖ ਉਸ ਨਾਲ। ਵਾਹਿਗੁਰੂ ਜੀ। ਸਵਾ ਸਵਾ ਮਨ ਦੇ ਪੀਸਣੇ ਪੀਸੇ ਸੀ। ਰੋਜ਼ ਅਰਦਾਸ ਦੇ ਵਿੱਚ ਦੋਵੇਂ ਸਮੇਂ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ। ਪੁੱਠੀਆਂ ਖੱਲਾਂ ਲਹਾਈਆਂ ਗਈਆਂ। ਹੁਣ ਚਰਖੜੀਆਂ 'ਤੇ ਕਈ ਵਾਰ ਨਾ ਇਹ ਆ ਜਾਂਦਾ ਬਾਬਾ ਭਾਈ ਸਵੇਗ ਸਿੰਘ, ਭਾਈ ਸਾਹਿਬਾਜ ਸਿੰਘ, ਹੋਰ ਅਨੇਕਾਂ ਜਿਹੜੇ ਇਤਿਹਾਸ ਤੋਂ ਅੱਖੋਂ ਪਰੋਖੇ ਹੋ ਗਏ। ਪੁੱਠਾ ਟੰਗ ਕੇ ਪੁੱਠੀਆਂ ਖੱਲਾਂ ਲਾਉਣੀਆਂ, ਖੋਪੜੀਆਂ ਲਹਾਈ ਜਾਣੀਆਂ, ਆਰਿਆਂ ਨਾਲ ਚਰਾਏ ਜਾਣੇ, ਇਹ ਐਸੀਆਂ ਸਜਾਵਾਂ ਜਿਹੜੀਆਂ ਕਾਨੂੰਨ ਦੇ ਵਿੱਚ ਹੈ ਹੀ ਨਹੀਂ ਸਨ ਗੱਜ ਕੇ ਆਖ ਉਸ ਨਾਲ। ਵਾਹਿਗੁਰੂ। ਡੇਗਿਆਂ ਦੇ ਵਿੱਚ ਉਬਾਲੇ ਜਾਣੇ, ਰੂਹਾਂ ਦੇ ਵਿੱਚ ਲਪੇਟੇ ਜਾਣੇ, ਜਿਹੜੀਆਂ ਸਜਾਵਾਂ ਦਾ ਸਿਰਫ ਨਾਮ ਸੁਣ ਕੇ ਕੰਬਣੀ ਉੱਠਦੀ ਹੈ ਗੱਜ ਕੇ ਆਖ ਉਸ ਨਾਲ। ਵਾਹਿਗੁਰੂ ਜੀ। ਪਰ ਸਤਿਗੁਰੂ ਜੀ ਜਦੋਂ ਆਪਣਾ ਥਾਪੜਾ ਦਿੰਦੇ ਨੇ, ਸਭ ਕੁਝ ਸ਼ੀਤਲ ਨਿਰਮਲ ਹੋ ਕੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰਗ 'ਤੇ ਚੱਲ ਕੇ ਆਪਣਾ ਜਨਮ ਸਵਾਰ ਕੇ ਜਸ ਪਾਉਂਦੇ ਨੇ ਗੁਰੂ ਕੇ ਸਿੰਘ, ਗੁਰੂ ਕੇ ਬੱਚੇ, ਔਰ ਗੁਰੂ ਕੀ ਮਾਵਾਂ ਭੈਣਾਂ ਸਭੇ ਜਿਹੜਾ ਜਿਹੜਾ ਵੀ ਪੰਥ ਲਈ ਆਪਣਾ ਆਪ ਵਾਰਿਆ, ਉਹ ਸਾਰੇ ਹੀ ਗੁਰੂ ਨੇ ਥਾਪੜਾ ਦਿੱਤਾ ਅਤੇ ਸਤਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਉਹਨਾਂ ਨੇ ਇਹ ਮਾਰਗ ਆਪ ਸਰ ਕਰਾਇਆ ਮੇਰੇ ਪਾਤਸ਼ਾਹ ਨੇ ਗੱਜ ਕੇ ਆਖ ਉਸ ਦਿਨ। ਵਾਹਿਗੁਰੂ ਜੀ। ਜਦੋਂ ਬੰਦ ਬੰਦ ਕੱਟਦੇ ਨੇ ਨਾ ਭਾਈ ਮਨੀ ਸਿੰਘ ਜੀ ਦਾ, ਭਾਈ ਮਨੀ ਸਿੰਘ ਜੀ ਇੱਕ ਤਾਂ ਬੜੇ ਆਲਮ ਫਾਜ਼ਲ ਮਹਾਨ ਵਿਦਵਾਨ, ਇੱਕ ਬੜੇ ਪੂਰਨ ਗੁਰਸਿੱਖ, ਇੱਕ 54 ਉਹਨਾਂ ਦੇ ਘਰ ਦੇ ਜੀ ਸ਼ਹੀਦ ਹੋਏ ਹੋਏ ਨੇ ਗੱਜ ਕੇ ਆਖ ਉਸ ਦਿਨ। ਵਾਹਿਗੁਰੂ। ਇੱਕ ਨਹੀਂ, ਦੋ ਨਹੀਂ, 10 ਨਹੀਂ, 20 ਨਹੀਂ, 54। ਵੱਡੀ ਸੇਵਾ ਕੀ ਕੀਤੀ? ਗੁਰੂ ਕੀਆਂ ਪੋਥੀਆਂ, ਗੁਰੂ ਕੇ ਗੁਟਕੇ, ਗੁਰੂ ਕੀ ਬਾਣੀ ਸਾਂਭੀ। ਫਿਰ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਗੁਰੂ ਕੇ ਮਹਿਲ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਜੀ ਨੂੰ ਵੀ ਉਹਨਾਂ ਦੀ ਵੀ ਜ਼ਿੰਮੇਵਾਰੀ ਸਾਂਭੀ ਗੱਜ ਕੇ ਆ ਉਸ ਦਿਨ। ਵਾਹਿਗੁਰੂ। ਦਿੱਲੀ ਵਿਖੇ ਉੱਥੇ ਪੂਰਨ ਜ਼ਿੰਮੇਵਾਰੀ ਤੌਰ 'ਤੇ, ਫਿਰ ਉੱਥੋਂ ਜਦੋਂ ਪਾਤਸ਼ਾਹ 45 ਦਿਨਾਂ ਦਾ ਦੌਰਾ ਕਰਕੇ ਅਨੰਦਪੁਰ ਸਾਹਿਬ ਤੋਂ ਮਾਲਵੇ ਦੇ ਦੌਰੇ 'ਤੇ ਫਿਰ ਦਮਦਮਾ ਸਾਹਿਬ ਪਹੁੰਚਦੇ ਨੇ, ਫਿਰ ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਔਰ ਮਾਤਾ ਸਾਹਿਬ ਕੌਰ ਜੀ ਨੂੰ ਬਾ ਇੱਜ਼ਤ ਬੜੇ ਪਿਆਰ ਨਾਲ ਸਿਧਾਂਤਕ ਰੂਪ ਦੇ ਵਿੱਚ ਫਿਰ ਇੱਥੇ ਲੈ ਕੇ ਆਉਂਦੇ ਹੈਗਾ ਜੇ ਕਿਹਾ ਉਸ ਦਿਨ। ਵਾਹਿਗੁਰੂ ਜੀ। ਉਹਨਾਂ ਦੀ ਸ਼ਹੀਦੀ ਹੁੰਦੀ ਆ, ਬੰਦ ਬੰਦ ਕੱਟਿਆ ਜਾਂਦਾ ਨਖਾਸ ਚੌਂਕ ਦੇ ਵਿੱਚ। ਔਰ ਜਦੋਂ ਜਲਾਦ ਕੱਟਣ ਲੱਗਦਾ ਨਾ ਤੇ ਫਿਰ ਉਹਨੂੰ ਹੱਥ ਫੜ ਕੇ ਕਹਿੰਦੇ ਨੇ ਵੀ ਬੰਦ ਬੰਦ ਤਾਂ ਇੱਥੋਂ ਹੁੰਦਾ ਗਾ ਜੇ ਕਿਹਾ ਉਸ ਦਿਨ। ਵਾਹਿਗੁਰੂ ਜੀ। ਤੇ ਇੱਧਰੋਂ ਫਿਰ ਜਪਜੀਤ ਸਾਹਿਬ ਦਾ ਪਾਠ,
ਆਰੰਭ ਕਰਦੇ ਆ ਅਤੇ ਉੱਧਰੋਂ ਜਲਾਦ ਵੀ ਆਪਣਾ ਕੰਮ ਆਰੰਭ ਕਰਦਾ ਅਤੇ ਮੇਰੇ ਸਤਿਗੁਰ ਪਾਤਸ਼ਾਹ ਦੇ ਬੜੇ ਅਨੰਨ ਪਿਆਰੇ ਸਿੱਖ ਭਾਈ ਮਣੀ ਸਿੰਘ ਜੀ ਸ਼ਹਾਦਤ ਪਾ ਜਾਂਦੇ ਹੈ ਜੀ ਕਿਆ ਉਸ ਨਾਮ ਅਤੇ ਸਤਿਗੁਰ ਪਾਤਸ਼ਾਹ ਜੀ ਦੇ ਐਸੇ ਬੜੇ ਅਮੋਲਕ ਲਾਲ ਰਤਨ, ਇਕੱਲੇ ਵਿਦਵਾਨ ਨਹੀਂ ਸਨ, ਤੇਗ ਦੇ ਵੀ ਧਨੀ ਸਨ, ਸਤਿਗੁਰ ਦੇ ਬਚਨ ਵੀ ਕਮਾਉਣਾ ਜਾਣਦੇ ਸਨ, ਕਹਿਣੀ ਕਥਨੀ ਕਰਨੀ ਦੇ ਪੂਰੇ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਚੇਰਾ, ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ। ਇਹ ਪਾਵਨ ਬਾਣੀ, ਇਹ ਪਾਵਨ ਇਤਿਹਾਸ ਸਾਡੇ ਚੇਤਿਆਂ ਦੇ ਵਿੱਚ ਰਹੇ, ਸਾਡੀਆਂ ਯਾਦਾਂ ਦੇ ਵਿੱਚ ਰਹੇ, ਸਾਡੀ ਸਿੱਖ ਪਨੀਰੀ ਨੂੰ ਇਹ ਯਾਦ ਹੋਣਾ ਚਾਹੀਦਾ ਵੀ ਅਸੀਂ ਕਿੰਨਾ ਪੁਰਖਾਂ ਦੇ ਬੱਚੇ ਹਾਂ, ਕਿਹੜੇ ਸਾਡੇ ਵਡੇਰੇ ਨੇ, ਕਿਹੜੇ ਸਾਡੇ ਫਕਰ ਫਕੀਰ ਨੇ, ਕਿਹੜੇ ਸਾਡੇ ਗੁਰੂ ਨੇ। ਪਾਤਸ਼ਾਹ ਜੀ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਲੇਖੇ ਲਾਉਣ, ਤਿਲ ਫੁੱਲ ਭੇਟਾਂ ਮੰਦਰ ਪ੍ਰਵਾਨ ਕਰਨ। ਪਾਤਸ਼ਾਹ ਬੱਚਿਆਂ ਨੂੰ ਨਾਮਦਾਨ, ਗਿਆਨ ਦਾਨ, ਇਸ਼ਨਾਨ ਦਾਨ, ਲੰਮੀ ਉਮਰਾਂ ਬਖਸ਼ ਕਰਨ। ਪਾਤਸ਼ਾਹ ਸਭਨਾਂ ਦੇ ਘਰਾਂ ਦੇ ਵਿੱਚ ਭਜਨ ਦਾ ਪ੍ਰਕਾਸ਼, ਦੁੱਖਾਂ ਕਲੇਸ਼ਾਂ ਦਾ ਨਾਸ, ਸਭਨਾਂ ਦੇ ਕਾਰੋਬਾਰਾਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ, ਨਗਰ ਦੇ ਵਿੱਚ ਆਪਸੀ ਭਾਈਚਾਰਕ ਸਾਂਝ, ਖੁਸ਼ੀਆਂ ਖੇੜੇ, ਰਹਿਮਤਾਂ ਨਿਆਮਤਾਂ ਬਰਕਤਾਂ ਬਖਸ਼ ਕਰਨ। ਆਓ ਸੋਧਰ ਸਾਹਿਬ ਜੀ ਦਾ ਪਾਠ।